सतसंगत जी, चमकौर साहिब बारे अल्लाह यार खां जोगी ने लिखा है, जिहड़ा कि सरकारी ते मुस्लिम इतिहासकार से, तो इस जंग का हाल वेख के लिखता है कि बस एक हिंद में तीर्थ है यात्रा के लिए, कटाए बाप ने बच्चे जहां खुदा के लिए। यही एक तीर्थ है कहते यात्रा के, यात्रा दे रही जिथे खुद दसवीं सरकार ने उस मालक सत श्री अकाल पुरख की खातर अपने साहबजादे कुर्बान कर दिए। सात संगत जी, हुण दसवीं सरकार ने भाई दया सिंह जी उन्हां नूं तारियां दे नाल हवाला दे के एक जगह ते आउण वास्ते तारियां दे हवाले दे नाल दस के ते दसवीं सरकार उत्थों चल पैंदी। सात संगत जी, नंगे पैरी ने पहली जोड़ा नहीं है, ते अज कोल कोई भी चीज नहीं है, सिर्फ एक कृपान है, वही हाथ में है। ते सात संगत जी, जंगल के रस्ते पै गए, नंगे पैरी ने पैरों के विच कंडे भी चुभते, कंकर भी चुभते, झाड़िया के नाल अड़ के जामा भी फटिया, सास संग जी एहो जे हालात विचों चलदिया चलदिया दसवीं सरकार एक पिंड के बाहर वाल पहुंचे ने, ते पिंड के बाहर वाल उन्होंने एक पंडित मिलिया जिहड़ा कि इशनान करने वास्ते सवेरे तड़क सार उठिया सी, वह मिलिया ते दसवीं सरकार उस पंडित नूं कहन लगे, पूछन लगे कि एक केड़ा पिंड है। उस पंडित ने दसिया कि यह पहलौलपुर पिंड है, ते दसवीं सरकार उस पंडित को कह लगे कि इत्थे एक पूरन मसंद रहिंदा है। पंडित कह लगा हाँ जी रहिंदा है। दसवीं सरकार कह लगे कि मैनू उत्थों तक लै जावेगा, कहिंदा वह पंडित कह लगा चलो आओ मैं तुहानू उहदी घर तक छड्डांगा। जदों उहदे घर दे कोल पहुंचे ते पंडित ने बूहा खड़काया, जीवणिया बूहा खोल, तुहाडी कोई मेहमान आए ने। सतसंग जी, जीवणा पूरन मसंद दा नौकर आ। उन्हें बुआ खोलिया ते कहन लगा कि आ तुहाडे मेहमान कोई आए ने ते इन्हां ने मिलना है। ते दसवीं सरकार नूं जीवना अंदर लै गया, जिथे वह आप रहिंदा सी, जिथे उहदा मंजा लगा सी, मंजा वाले कमरे दे विच
ਉੱਥੇ ਜਾ ਕੇ ਉਹਨਾਂ ਨੂੰ ਬਿਠਾ ਦਿੱਤਾ ਤੇ ਉਹਨਾਂ ਨੂੰ ਬਿਠਾ ਕੇ ਤੇ ਲਾਗੇ ਉਸਨੇ ਦੀਵਾ ਜਗਾਇਆ ਤੇ ਦੀਵਾ ਜਗਾ ਕੇ ਜਦੋਂ ਦੇਖਿਆ ਕਿ ਇੰਨਾ ਜ਼ਿਆਦਾ ਜਾਹੋ ਜਲਾਲ ਚਿਹਰੇ 'ਤੇ ਕਿ ਅੱਜ ਤੱਕ ਤਾਂ ਮੈਂ ਕਦੀ ਇਵੇਂ ਦਾ ਚਿਹਰਾ ਹੀ ਨਹੀਂ ਦੇਖਿਆ ਆਪਣੇ ਅੰਦਰ ਸੋਚਦਾ ਕਿ ਕੋਈ ਸਿਪਾਹੀ ਲੱਗਦਾ ਤੇ ਸਾਧ ਸੰਗਤ ਜੀ ਜਿਉਣਾ ਦਸਵੀਂ ਸਰਕਾਰ ਨੂੰ ਪੁੱਛਣ ਲੱਗਾ ਹਾਂਜੀ ਕਹਿੰਦੇ ਕਿ ਮੈਂ ਜਿਉਣੇ ਨੂੰ ਪੂਰਨ ਮਸੰਦ ਨੂੰ ਮਿਲਣਾ ਪੂਰਨ ਮਸੰਦ ਘਰੇ ਹੀ ਹੈ ਜਿਉਣਾ ਕਹਿਣ ਲੱਗਾ ਹਾਂਜੀ ਘਰੇ ਹੈ ਉੱਪਰ ਸੁੱਤੇ ਨੇ ਤੇ ਦਸਵੀਂ ਸਰਕਾਰ ਕਹਿਣ ਲੱਗੇ ਕਿ ਜਾਂ ਉਹਨਾਂ ਨੂੰ ਬੁਲਾ ਕੇ ਲਿਆ ਤੇ ਜਿਉਣਾ ਦਸਵੀਂ ਸਰਕਾਰ ਨੂੰ ਕਹਿਣ ਲੱਗਾ ਕਿ ਮੈਂ ਜਾ ਕੇ ਉਹਨਾਂ ਨੂੰ ਕੀ ਕਹਾਂ ਕਿ ਕੌਣ ਆਇਆ ਹੈ ਕਿੰਨੇ ਤੁਹਾਨੂੰ ਮਿਲਣਾ ਹੈ ਤਾਂ ਸਾਧ ਸੰਗਤ ਜੀ ਦਸਵੀਂ ਸਰਕਾਰ ਜਿਉਣੇ ਨੂੰ ਕਹਿਣ ਲੱਗੇ ਕਿ ਜਾ ਕੇ ਪੂਰਨ ਮਸੰਦ ਨੂੰ ਕਹਿ ਅਨੰਦਪੁਰ ਸਾਹਿਬ ਤੋਂ ਗੋਬਿੰਦ ਸਿੰਘ ਤਾਂ ਸਾਧ ਸੰਗਤ ਜੀ ਜਿਉਣੇ ਨੇ ਜਦੋਂ ਇੰਨੀ ਗੱਲ ਸੁਣੀ ਨਾ ਤੇ ਚਰਨਾਂ ਦੇ ਵਿੱਚ ਟੈ ਪਿਆ ਕਿਉਂਕਿ ਪੂਰਨ ਮਸੰਦ ਕੋਲੋਂ ਉਹਨੇ ਸੁਣਿਆ ਸੀ ਦਸਵੀਂ ਸਰਕਾਰ ਬਾਰੇ ਸਾਧ ਸੰਗਤ ਜੀ ਚਰਨਾਂ ਵਿੱਚ ਟੈ ਪਿਆ ਹੈ ਕੰਢੇ ਕੱਢਦਾ ਹੈ ਪੈਰ ਸਾਫ ਕਰਦਾ ਹੈ ਕਦੀ ਲਾਗੇ ਅੱਗ ਬਾਲਦਾ ਹੈ ਪਾਣੀ ਗਰਮ ਕਰਦਾ ਹੈ ਪੰਜਾ ਫਿਰਦਾ ਹੈ ਤੇ ਸਾਧ ਸੰਗਤ ਜੀ ਹੁਣ ਭੱਜਦਾ ਪੌੜੀਆਂ ਚੜ੍ਹਿਆ ਹੈ ਤੇ ਜਾ ਕੇ ਪੂਰਨ ਮਸੰਦ ਦਾ ਬੂਹਾ ਖੜਕਾਉਂਦਾ ਹੈ ਜ਼ੋਰ ਜ਼ੋਰ ਦੀ ਬੂਹਾ ਖੜਕਾਉਂਦਾ ਹੈ ਬਾਹਰ ਨਿਕਲੋ ਵੇਖੋ ਕੌਣ ਆਇਆ ਹੈ ਬਾਹਰ ਆਓ ਤੇ ਪੂਰਨ ਮਸੰਦ ਬੂਹਾ ਖੋਲਦਾ ਹੈ ਤੇ ਪੁੱਛਦਾ ਜਿਉਣਿਆ ਕੀ ਗੱਲ ਹੈ ਇੰਨੀ ਜ਼ੋਰ ਜ਼ੋਰ ਦੀ ਆਵਾਜ਼ਾਂ ਮਾਰਦਾ ਪਿਆ ਕੀ ਹੋਇਆ ਜਿਉਣਾ ਕਹਿਣ ਲੱਗਾ ਪੂਰਨ ਮਸੰਦ ਨੂੰ ਕਿ ਨੀਚੇ ਆ ਕੇ ਵੇਖੋ ਕੌਣ ਆਇਆ ਹੈ ਪੂਰਨ ਮਸੰਦ ਕਹਿਣ ਲੱਗਾ ਕੌਣ ਆਇਆ ਹੈ ਜਿਉਣਾ ਕਹਿੰਦਾ ਦਸਵੀਂ ਸਰਕਾਰ ਤੋਂ ਅਨੰਦਪੁਰ ਸਾਹਿਬ ਤੋਂ ਦਸਵੀਂ ਸਰਕਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਈ ਹੈ ਤੇ ਪੂਰਨ ਮਸੰਦ ਜਿਉਣੇ ਨੂੰ ਕਹਿਣ ਲੱਗਾ ਕਿ ਇਕੱਲੇ ਨੇ ਕਿ ਨਾਲ ਹੋਰ ਕੋਈ ਵੀ ਆਇਆ ਤੇ ਜਿਉਣਾ ਕਹਿਣ ਲੱਗਾ ਕਿ ਉਹ ਤੇ ਇਕੱਲੇ ਨੇ ਤੇ ਪੂਰਨ ਮਸੰਦ ਕਹਿਣ ਲੱਗਾ ਕਿ ਫਿਰ ਮੇਰੇ ਬਾਰੇ ਤੂੰ ਉਹਨਾਂ ਨੂੰ ਕੀ ਦੱਸਿਆ ਜਿਉਣਾ ਕਹਿੰਦਾ ਮੈਂ ਤੇ ਉਹਨਾਂ ਨੂੰ ਕਿਹਾ ਕਿ ਉਹ ਉੱਪਰ ਸੁੱਤੇ ਨੇ ਤੇ ਪੂਰਨ ਮਸੰਦ ਉਹਨੂੰ ਬੜਾ ਗੁੱਸੇ ਨਾਲ ਅੱਗੋਂ ਪਿਆ ਕਿ ਤੂੰ ਕਿਉਂ ਦੱਸ ਕੇ ਆਇਆ ਕਿ ਮੈਂ ਉੱਥੇ ਤੇ ਜਿਉਣਾ ਪੂਰਨ ਮਸੰਦ ਨੂੰ ਕਹਿਣ ਲੱਗਾ ਕਿ ਉਹ ਆਪ ਖੁਦ ਚੱਲ ਕੇ ਆਏ ਨੇ ਤੂੰ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਉਹ ਤੁਹਾਨੂੰ ਮਿਲਣ ਵਾਸਤੇ ਆਏ ਨੇ ਤੇ ਸਾਧ ਸੰਗਤ ਜੀ ਪੂਰਨ ਮਸੰਦ ਕਹਿਣ ਲੱਗਾ ਕਿ ਜਾ ਕੇ ਕਹਿ ਦੇ ਅਸੀਂ ਵੀ ਤੈਨੂੰ ਮਿਲਣਾ ਇੰਨਾ ਜ਼ਿਆਦਾ ਮਾਹੌਲ ਖਰਾਬ ਹੈ ਅਸੀਂ ਆਪਣਾ ਸਾਰਾ ਪਰਿਵਾਰ ਮਰਵਾਉਣਾ ਜਾ ਕੇ ਕਹਿੰਦੇ ਅਸੀਂ ਵੀ ਉਹਨਾਂ ਨੂੰ ਮਿਲਣਾ ਤਾਂ ਸਾਧ ਸੰਗਤ ਜੀ ਹੁਣ ਜਿਉਣਾ ਆਪਣੇ ਅੰਦਰ ਸੋਚਦਾ ਕਿ ਇਹਨੂੰ ਹੋਇਆ ਕੀ ਹੈ ਪਹਿਲਾਂ ਤੇ ਇੰਨੀਆਂ ਵੱਡੀਆਂ ਗੱਲਾਂ ਕਰਦਾ ਸੀ ਮੇਰਾ ਗੁਰੂ ਏਦਾਂ ਮੇਰਾ ਗੁਰੂ ਆਉਂਦਾ ਹੁਣ ਜਦ ਖੁਦ ਆਪ ਚੱਲ ਕੇ ਆਏ ਨੇ ਤੇ ਜੇ ਮੈਂ ਇਹਨੂੰ ਦੱਸਿਆ ਕਿ ਉਹ ਆਏ ਨੇ ਤੇ ਕਿੱਦਾਂ ਦੀਆਂ ਗੱਲਾਂ ਕਰਦਾ ਪਿਆ ਇਹਨੂੰ ਹੋਇਆ ਕੀ ਹੈ ਸੁੱਖ ਦੇ ਸਿੱਖ ਤੇ ਸੁੱਖ ਦੇ ਸੇਵਕ ਸੁੱਖ ਦੇ ਸਿੱਖ ਤੇ ਸੁੱਖ ਦੇ ਸੇਵਕ
ਕਿ ਪਸੰਦ ਕਹਿੰਦਾ ਕੀ ਪਿਆ ਸਾਧ ਸੰਗਤ ਜੀ ਹੁਣ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ ਮਨਾ ਕਰ ਦਿੱਤਾ ਕਿ ਜਾ ਜਾ ਕੇ ਕਹਿੰਦੇ ਅਸੀਂ ਨਹੀਂ ਮਿਲਣਾ ਸਾਧ ਸੰਗਤ ਜੀ ਖੁਸ਼ੀ ਵੇਲੇ ਸੁੱਖ ਵੇਲੇ ਤੇ ਹਰ ਕੋਈ ਭੱਜਾ ਹੁੰਦਾ ਪਰ ਹੁਣ ਇਹੋ ਜਿਹੀ ਘੜੀ ਆਈ ਹੈ ਤਾਂ ਸਾਧ ਸੰਗਤ ਜੀ ਹੁਣ ਆਪਣਿਆਂ ਨੇ ਵੀ ਸਾਥ ਛੱਡਣਾ ਸ਼ੁਰੂ ਕਰ ਦਿੱਤਾ ਉਹ ਵੀ ਸਾਥ ਛੱਡਣ ਲੱਗ ਪਏ ਨੇ ਹੁਣ ਜਿਉਣਾ ਆਪਣੇ ਅੰਦਰ ਸੋਚਦਾ ਹੈ ਕਿ ਮਸੰਦ ਨੇ ਤੇ ਇੰਨਾ ਕੁਝ ਕਹਿ ਦਿੱਤਾ ਮਿਲਣ ਤੋਂ ਮਨਾ ਕਰ ਦਿੱਤਾ ਤੇ ਹੁਣ ਮੈਂ ਜਾ ਕੇ ਉਹਨਾਂ ਨੂੰ ਕਵਾਂਗਾ ਕਿ ਸੋਚਦਾ ਸੋਚਦਾ ਬੜਾ ਹੌਲੀ ਹੌਲੀ ਪੌੜੀਆਂ ਉਤਰਦਾ ਪਿਆ ਤੇ ਸਾਧ ਸੰਗਤ ਜੀ ਦਸਵੀਂ ਸਰਕਾਰ ਜਿਉਣੇ ਨੂੰ ਕਹਿਣ ਲੱਗੇ ਜਿਉਣਿਆ ਆ ਜਾ ਮੈਂ ਸਭ ਕੁਝ ਸੁਣ ਕੋਈ ਗੱਲ ਨਹੀਂ ਅਸੀਂ ਹੁਣ ਚੱਲਦੇ ਹਾਂ ਤਾਂ ਸਾਧ ਸੰਗਤ ਜੀ ਜਿਉਣਾ ਚਰਨਾਂ ਦੇ ਵਿੱਚ ਟਹਿ ਪਿਆ ਕਹਿਣ ਲੱਗਾ ਕਿ ਅੱਜ ਮੈਨੂੰ ਬੜਾ ਹੀ ਜ਼ਿਆਦਾ ਦੁੱਖ ਹੈ ਅੱਜ ਮੈਨੂੰ ਬੜਾ ਹੀ ਜ਼ਿਆਦਾ ਗਿਲਾ ਕਿ ਜੇ ਅੱਜ ਮੈਂ ਗਰੀਬ ਨਾ ਹੁੰਦਾ ਤੇ ਮੈਂ ਤੁਹਾਡੇ ਲਈ ਕੁਝ ਕਰ ਪਾਉਂਦਾ ਪਰ ਮੈਂ ਤੇ ਇੱਥੇ ਜੰਮਿਆ ਇੱਥੇ ਪਲਿਆ ਇੱਥੇ ਸਾਰੀ ਜ਼ਿੰਦਗੀ ਕੱਢੀ ਹੈ ਪਰ ਮੈਨੂੰ ਅੱਜ ਇਸ ਚੀਜ਼ ਦਾ ਦੁੱਖ ਹੈ ਕਿ ਮੈਂ ਗਰੀਬ ਹਾਂ ਮੈਨੂੰ ਬੜਾ ਗਿਲਾ ਹੈ ਇਸ ਗੱਲ ਦਾ ਜੇ ਮੇਰੇ ਕੋਲ ਕੁਝ ਹੁੰਦਾ ਤੇ ਮੈਂ ਤੁਹਾਡੀ ਜ਼ਰੂਰ ਮਦਦ ਕਰਦਾ ਦਸਵੀਂ ਸਰਕਾਰ ਕਹਿਣ ਲੱਗੀ ਜਿਉਣਿਆ ਤੂੰ ਦੁਖੀ ਨਾ ਹੋ ਤੂੰ ਉਦਾਸ ਨਾ ਹੋ ਅਸੀਂ ਹੁਣ ਚੱਲਦੇ ਹਾਂ ਤਾਂ ਸਾਧ ਸੰਗਤ ਜੀ ਲਾਗੇ ਖੂਹ ਦੀਆਂ ਟਿੰਡਾਂ ਪਈਆਂ ਸੀ ਜਿਉਣੇ ਨੇ ਕੀ ਕੀਤਾ ਕਿ ਉੱਥੋਂ ਇੱਕ ਟਿੰਡ ਲੈ ਕੇ ਜਿਹੜੀ ਅੱਗ ਬਾਲੀ ਸੀ ਉਹ ਉਹਦੇ ਵਿੱਚ ਪਾ ਦਿੱਤੀ ਤੇ ਉਹਦੇ ਵਿੱਚ ਪਾ ਕੇ ਦਸਵੀਂ ਸਰਕਾਰ ਨੂੰ ਫੜਾ ਦਿੱਤੀ ਕਿ ਜਿੱਥੋਂ ਤੱਕ ਵੀ ਇਹ ਅੱਗ ਬਲੇਗੀ ਤੁਹਾਨੂੰ ਇਹਦੇ ਨਾਲ ਨਿੱਘ ਮਿਲੇ ਤੇ ਸਾਧ ਸੰਗਤ ਜੀ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਦਸਵੀਂ ਸਰਕਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸੇ ਟਿੰਡ ਦਾ ਸਰਾਣਾ ਲੈ ਕੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸੁੱਤੇ ਸੀ ਮਾਲਕ ਹਰ ਸ਼ਾਮ।
ਅੱਜ ਦੇ ਪ੍ਰਸੰਗ ਦੀ ਇੱਥੇ ਹੀ ਸਮਾਪਤੀ।